ਅਸੀਂ ਵਿਰੋਧੀ ਧਿਰ ਵੱਲੋਂ ਮੇਰੇ ਨਾਲ ਸਰਦਾਰ ਭੁਪਿੰਦਰ ਸਿੰਘ ਸੰਧ ਜੋ ਕਿ ਹਰਿਆਣਾ ਕਮੇਟੀ ਦੇ ਮੀਤ ਪ੍ਰਧਾਨ ਵੀ ਨੇ ਤੇ ਸਰਦਾਰ ਮਲਕੀਤ ਸਿੰਘ ਚੰਗਾਲ ਜੋ ਅਸੀਂ ਜਿਹੜੀ ਸਾਡੀ ਡਿਊਟੀ ਸਾਰੇ ਮੈਂਬਰਾਂ ਵੱਲੋਂ ਲਾਈ ਹੋਈ ਹੈ ਅਸੀਂ ਉਹਦੇ ਬਤੌਰ ਅੰਤਰਿੰਗ ਕਮੇਟੀ ਮੈਂਬਰ ਸੇਵਾ ਨਿਭਾ ਰਹੇ ਅੱਜ ਜਿਹੜਾ ਫੈਸਲਾ ਲਿਆ ਗਿਆ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਸਤੀਫਾ ਦਿੱਤਾ ਨਵੇਂ ਜਥੇਦਾਰ ਸਾਹਿਬ ਉਸ ਨਿਯੁਕਤ ਕਰ ਦਿੱਤੇ ਗਏ ਨੇ ऑफिशियली ਉਹਦੇ ਵਿੱਚ ਇਹ ਦੱਸਿਆ ਗਿਆ ਐਗਜ਼ੈਕਟਿਵ ਦੇ ਵਿੱਚ ਕਿ ਉਹਨਾਂ ਨੇ ਸਵੈ ਇੱਛਾ ਦੇ ਨਾਲ ਜਿਹੜਾ ਕਹਿ ਦਿੱਤਾ ਕਿ ਮੈਂ ਦਮਦਮਾ ਸਾਹਿਬ ਜਿਹੜਾ ਕੰਮ ਕਰ ਰਿਹਾ ਤੇ ਮੈਂ ਇਹ ਅਹੁਦਾ ਜਿਹੜਾ ਉਹ ਛੱਡ ਰਿਹਾ ਤੋਂ ਇਸ ਕਰਕੇ ਉਹ ਸ਼੍ਰੋਮਣੀ ਕਮੇਟੀ ਦਾ ਇਹ ਕਹਿਣਾ ਕਿ ਉਹਨਾਂ ਦੇ ਅਹੁਦਾ ਛੱਡਣ ਦੇ ਕਾਰਨ ਜਿਹੜਾ ਉਹ ਉੱਥੇ ਚਲੇ ਗਏ ਤੋਂ ਇਸ ਕਰਕੇ ਅਸੀਂ ਜਿਹੜਾ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਜਥੇਦਾਰ ਜਿਹੜਾ ਲਾ ਦਿੱਤਾ ਗਿਆ ਹੁਣ ਪਰਦੇ ਦੇ ਪਿੱਛੇ ਇਹਦੇ ਵਿੱਚ ਕੀ ਹੈ ਇਹ ਪ੍ਰਮਾਤਮਾ ਜਾਣੇ ਪਰ ਉਹਨਾਂ ਦੀ ਜਿਹੜੀ ਆਫੀਸ਼ੀਅਲੀ ਅੰਦਰ ਮੀਟਿੰਗ ਦੇ ਵਿੱਚ ਕਿਉਂਕਿ ਮੀਟਿੰਗ ਦੇ ਵਿੱਚ ਤੁਸੀਂ ਜੋ ਕਮੈਂਟ ਮੀਟਿੰਗ ਦੇ ਵਿੱਚ ਕਰੋਗੇ ਉਹ ਬਾਹਰ ਜਾ ਕੇ ਤੁਸੀਂ ਉਹਨੂੰ ਗੁਬਰਾਹ ਨਹੀਂ ਕਰ ਸਕਦੇ ਉਹਨੂੰ ਔਨ ਰਿਕਾਰਡ ਦੇ ਉੱਤੇ ਜਿਹੜਾ ਉਹ ਚੀਜ਼ ਆਉਂਦੀ ਹੈ ਉੱਥੇ ਇਹੀ ਗੱਲ ਜਿਹੜੀ ਹੈ ਇਹ ਦੱਸਣ ਦੱਸੀ ਗਈ ਤੁਸੀਂ ਵਿਰੋਧ ਕੀਤਾ ਅੰਦਰ ਬਿਲਕੁਲ ਅਸੀਂ ਇਕੱਲਾ ਇਹੀ ਨਹੀਂ ਮੈਂ ਇਹ ਕਿਹਾ ਕਿ ਅਸੀਂ 1999 ਦੇ ਵਿੱਚ ਉਸ ਵਕਤ ਦੇ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰੀ ਤਾਕਤ ਦੇ ਨਾਲ ਸਰਵ ਪ੍ਰਮਾਣਿਤ ਜਥੇਦਾਰ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਇੱਕ ਜਥੇਦਾਰੀ ਜਿਹੜੀ ਆ 2 ਸਾਲ ਦੇ ਵਿੱਚ ਕਰਕੇ ਦਿਖਾਈ ਉਹਨਾਂ ਨੂੰ ਹਟਾ ਦਿੱਤਾ ਮੇਰੇ ਵੀਰ ਜੀ ਮੈਂ ਸਾਰੀ ਸੰਗਤ ਨੂੰ ਅਪੀਲ ਕਰਨਾ 1999 ਤੋਂ ਮੈਂ 1996 ਦਾ ਐਸ ਜੀ ਪੀ ਸੀ ਦਾ ਮੈਂਬਰ ਬਣਿਆ ਵਾਂ ਹਲਕਾ ਕੈਂਥਲ ਤੋਂ ਮੈਨੂੰ 27 ਸਾਲ ਹੋ ਗਏ ਨੇ ਲਗਾਤਾਰ ਇਹ ਸੰਸਥਾ 'ਚ ਸੇਵਾ ਕਰਦੇ ਹਨ ਮੈਂ ਉਦੋਂ ਦਾ ਪਹਿਲੂ ਮੈਂ ਟੋੜਾ ਸਾਹਿਬ ਦੇ ਨਾਲ ਸਾਂ ਜਦੋਂ ਭਾਈ ਰਣਜੀਤ ਸਿੰਘ ਨੂੰ ਲਾਇਆ ਸੀ ਮੈਂ ਉਦੋਂ ਵੀ ਵਿਰੋਧ ਕੀਤਾ ਸੀ ਕਿਉਂ ਲਾਇਆ ਭਾਈ ਰਣਜੀਤ ਸਿੰਘ ਅੱਜ ਤੱਕ ਕੋਈ ਫੈਸਲੇ ਸਹੀ ਨਹੀਂ ਹੋਏ ਜੋ ਬਾਦਲਾਂ ਦੀ ਗੱਲ ਮੰਨੇ ਉਹ ਫੈਸਲਾ ਵਧੀਆ ਹੈ ਬਾਕੀ ਕੋਈ ਫੈਸਲਾ ਵਧੀਆ ਨਹੀਂ ਬਾਕੀ ਫੈਸਲੇ ਕੀ ਲੱਗਦਾ ਗਿਆਨੀ ਦੇ ਹਰਪ੍ਰੀਤ ਸਿੰਘ ਜੀ ਨੇ ਅਸਤੀਫਾ ਦਿੱਤਾ ਨਹੀਂ ਨਵੇਂ ਜਥੇਦਾਰ ਸਾਹਿਬ ਲਗਾ ਦਿੱਤੇ ਨੇ ਇਹ ਜੋ ਇਹਨਾਂ ਦੀ ਸੋਚ ਇਹ ਕਰ ਸਕਦੇ ਨੇ ਇਹਨਾਂ ਕੋਲ ਪਾਵਰ ਇਹਨਾਂ ਕੋਲ ਤਾਕਤ ਇਹ ਕਰ ਸਕਦੇ ਨਹੀਂ ਤੁਸੀਂ ਇਸ ਫੈਸਲੇ ਨੂੰ ਕੀ ਸਮਝਦੇ ਅਸੀਂ ਤਾਂ 1999 ਤੋਂ